ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਜੀ ਦਾ ਫਰਮਾਨ ਹੈ, ਜੇ ਹਰ ਚੀਜ਼ ਲਿਖਿਆ ਤੇ ਇਹ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠ ਜਾਏ। ਰਾਣਾ ਰਾਵ ਨਾ ਕੂ ਰਹੇ ਰਾਂਗਣਾ ਤੋਂ ਵਕੀਰ, ਵਾਰੂ ਜਾਪੋ ਆਪਣੀ ਕੂਏ ਨਾ ਬੰਦੇ ਤੀਰ। ਜੇ ਹਰ ਚੀਜ਼ ਲਿਖਿਆ ਤੇ ਇਹ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠ ਜਾਏ। ਜੇ ਮਹਾਂਵਾਕ ਅਨੁਸਾਰ ਸਰਕਾਰ ਜੋ ਆਪਣੇ ਮਾਤਾ ਗੁਰਦਾਸ ਕੌਰ ਜੀ ਜਿੰਨੀ ਪਰਮਾਤਮਾ ਨੇ ਗੁਰੂ ਸਾਹਿਬ ਨੇ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ ਸੀ, ਉਹਨੂੰ ਭੋਗਦੇ ਹੋਏ ਸਤਿਗੁਰੂ ਦੇ ਬਾਣੇ ਅਨੁਸਾਰ ਜੋ ਅਕਾਲ ਤਲਾਣਾ ਕਰ ਗਏ ਨੇ, ਪਿੱਛੇ ਉਹਨਾਂ ਦੇ ਪਰਿਵਾਰ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਅਤੇ ਉਹਨਾਂ ਦੇ ਸਪੁੱਤਰ ਸਰਦਾਰ ਪਿਆਰਾ ਸਿੰਘ ਜੀ ਸਮੂਹ ਪਰਿਵਾਰ ਨੇ ਇਕੱਤਰ ਹੋ ਕੇ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਗ੍ਰਹਿ ਵਿਖੇ ਸਹਿਜ ਪਾਠ ਆਰੰਭ ਕਰਾਏ ਸਨ। ਸੱਚੇ ਜਿਨ੍ਹਾਂ ਦੇ ਅੱਜ ਭੋਗ ਪਾਏ ਹੋਏ ਨੇ, ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਵਿਖੇ ਹੋਣੀ ਅੰਤ ਹੈ। ਸਤਿਗੁਰੂ ਬੋਲਿਆ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਜੋ ਅੱਜ ਉਹਨਾਂ ਦੀ ਨਿਮਰਤ ਕੀਰਤਨ ਜੋ ਬਾਬਾ ਹੀਰਾ ਸਿੰਘ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਜੇ ਆਪਾਂ ਮਾਤਾ ਜੀ ਦੀ ਜੀਵਨੀ ਬਾਰੇ ਲਿਖੀਏ, ਜੋ ਮਾਤਾ ਜੀ ਨੇ ਆਪਣੇ ਸਾਰੇ ਜੀਵਨ ਦੇ ਵਿੱਚ ਕੀਤਾ, ਉਹ ਸਭ ਤੋਂ ਪਹਿਲਾਂ ਮਾਤਾ ਜੀ ਜੋ ਪਿੰਡ ਲੱਖੇ ਤੋਂ ਪਿੰਡ ਕੌਂਕੀ ਕਲਾਂ ਸਰਦਾਰ ਭਾਗ ਸਿੰਘ ਦੇ ਨਾਲ ਇਹਨਾਂ ਦੀ ਸ਼ਾਦੀ ਹੋਈ, ਜਿਹਦੇ ਦੋ ਬੇਟੇ ਹੋਏ ਸਰਦਾਰ ਚਮਕੌਰ ਸਿੰਘ ਔਰ ਇੱਕ ਲੜਕੀ ਹੋਈ, ਜੋ ਅੱਜ ਕੱਲ੍ਹ ਉਹ ਇੰਗਲੈਂਡ ਦੇ ਵਿੱਚ ਹੈ। ਲੜਕਾ ਚਮਕੌਰ ਸਿੰਘ ਕੈਨੇਡਾ ਦੇ ਵਿੱਚ ਹੈ। Thank you.
ਸਹਾਈ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਜੁਗ ਜੁਗ ਪਤਾਲ ਧੰਨ ਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਦੀਦਾਰ ਦਾ ਧੰਨ ਖਾਲਸਾ ਸਾਹਿਬ ਗੁਰੂ ਨਾਨਕ ਜੀ ਕੋਈ ਨਹੀਂ ਬੋਲ ਸਾਰੇ ਦਿਨ
ਹਾਂਜੀ ਪਰਮ ਸਤਿਕਾਰ ਜੋ ਉੱਚ ਗੁਰੂ ਉੱਚ ਪ੍ਰਭਾਵ ਸਤਿਗੁਰੂ ਕਰੀ ਸਾਹਿਬ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਜੀ ਦਾ ਪ੍ਰਮਾਣ ਨੇ ਜੇ ਹਰ ਚੀਜ਼ ਲਿਖਿਆ ਤੇ ਇਹ ਹੁਕਮ ਕਮਾਈ ਘੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਰਾਣਾ ਰਾਓ ਨਾ ਕੂ ਰਹੇ ਰੰਗ ਨਾ ਤੋਂ ਵਕੀਰ ਵਾਰੂ ਰੱਖੋ ਆਪਣੀ ਕੂਏ ਨਾ ਬੰਦੇ ਤੀਰ ਜੇ ਹਰ ਚੀਜ਼ ਲਿਖਿਆ ਤੇ ਇਹ ਹੁਕਮ ਕਮਾਈ ਘੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਜੇ ਮਹਾਂਵਾਕ ਅਨੁਸਾਰ ਸਰਕਾਰ ਜੋ ਆਪਣੇ ਮਾਤਾ ਗੁਰਦਾਸ ਕੌਰ ਜੀ ਜਿੰਨੀ ਪਰਮਾਤਮਾ ਨੇ ਗੁਰੂ ਸਾਹਿਬ ਨੇ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ ਸੀ ਉਹਨੂੰ ਭੋਗਦੇ ਹੋਏ ਸਤਿਗੁਰੂ ਦੇ ਬਾਣੇ ਅਨੁਸਾਰ ਜੋ ਅਕਾਲ ਚਲਾਣਾ ਕਰ ਗਏ ਨੇ ਪਿੱਛੇ ਉਹਨਾਂ ਦੇ ਪਰਿਵਾਰ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਅਤੇ ਉਹਨਾਂ ਦੇ ਸਪੁੱਤਰ ਸਰਦਾਰ ਪਿਆਰਾ ਸਿੰਘ ਜੀ ਸਮੂਹ ਪਰਿਵਾਰ ਨੇ ਇਕੱਤਰ ਹੋ ਕੇ ਉਹਨਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਗ੍ਰਹਿ ਵਿਖੇ ਸਹਿਜ ਪਾਠ ਆਰੰਭ ਕਰਾਏ ਸਨ ਸੱਚੇ ਜਿਨ੍ਹਾਂ ਦੇ ਅੱਜ ਭੋਗ ਪਾਏ ਹੋਏ ਨੇ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਵਿਖੇ ਹੁਣੇ ਅੰਤ ਸਤਿਗੁਰੂ ਬੋਲਿਆ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਜੋ ਅੱਜ ਉਹਨਾਂ ਦੀ ਨਿਮਰਤ ਕੀਰਤਨ ਜੋ ਬਾਬਾ ਜੀ ਦਾ ਸਿੰਘ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ ਜੇ ਆਪਾਂ ਮਾਤਾ ਜੀ ਦੀ ਜੀਵਨੀ ਬਾਰੇ ਲਿਖੀਏ ਜੋ ਮਾਤਾ ਜੀ ਨੇ ਆਪਣੇ ਸਾਰੇ ਜੀਵਨ ਦੇ ਵਿੱਚ ਕੀਤਾ ਉਹ ਸਭ ਤੋਂ ਪਹਿਲਾਂ ਮਾਤਾ ਜੀ ਜੋ ਪਿੰਡ ਲੱਖੇ ਤੋਂ ਪਿੰਡ ਕੌਂਕੀ ਕਲਾਂ ਸਰਦਾਰ ਭਾਗ ਸਿੰਘ ਦੇ ਨਾਲ ਇਹਨਾਂ ਦੀ ਸ਼ਾਦੀ ਹੋਈ ਜਿਹਦੇ ਦੋ ਬੇਟੇ ਹੋਏ ਸਰਦਾਰ ਚਮਕੌਰ ਸਿੰਘ ਔਰ ਇੱਕ ਲੜਕੀ ਹੋਈ ਜੋ ਅੱਜ ਕੱਲ੍ਹ ਉਹ ਇੰਗਲੈਂਡ ਦੇ ਵਿੱਚ ਹੈ ਲੜਕਾ ਚਮਕੌਰ ਸਿੰਘ ਕੈਨੇਡਾ ਦੇ ਵਿੱਚ ਹੈ ਅਤੇ ਉਹਨਾਂ ਦੇ ਸਰਦਾਰ ਭਾਗ ਸਿੰਘ ਦੀ ਡੈਥ ਹੋਣ ਤੋਂ ਉਪਰੰਤ ਮਾਤਾ ਗੁਰਦਿਆਲ ਕੌਰ ਜੀ ਨੇ ਜੋ ਆਪਣੀ ਜੀਵਨੀ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਣੀ ਦਸਾਨਾਵਾਂ ਦੀ ਕਿਰਤ ਕਰਕੇ ਆਪਣੇ ਬੱਚੇ ਸਰਦਾਰ ਪਿਆਰਾ ਸਿੰਘ ਚਮਕੌਰ ਸਿੰਘ ਜਿਨ੍ਹਾਂ ਦੇ ਦੋ ਬੇਟੀਆਂ ਹੋਈਆਂ ਦਸਾਨਾਵਾਂ ਦੀ ਕਿਰਤ ਕਰਕੇ ਉਹਨਾਂ ਨੂੰ ਪਾਲ ਪਰੋਸਿਆ ਜੋ ਅੱਜ ਕੱਲ੍ਹ ਚਮਕੌਰ ਸਿੰਘ ਅਤੇ ਉਹਨਾਂ ਦੀ ਵਾਈਫ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਅਤੇ ਸਰਦਾਰ ਪਿਆਰਾ ਸਿੰਘ ਅਤੇ ਉਹਨਾਂ ਦੀ ਵਾਈਫ ਇੱਥੇ ਪਿੰਡ ਕੌਂਕੀ ਕਲਾਂ ਚੰਗਾ ਪਰਿਵਾਰ ਹੈ ਸੋ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮਾਤਾ ਜੀ ਨੇ ਸਾਰੀ ਜ਼ਿੰਦਗੀ ਸੁੱਖ ਭੋਗੇ ਚੰਗਾ ਹੰਡਾਇਆ ਔਰ ਚੰਗਾ ਪਹਿਨਿਆ ਇਹ ਪਰਮਾਤਮਾ ਦੇ ਸੁੱਖ ਬਖਸ਼ਿਸ਼ ਕੀਤੇ ਸਨ ਅੱਜ ਵੀ ਪਰਮਾਤਮਾ ਦੀ ਮਿਹਰ ਆ ਜਿਨ੍ਹਾਂ ਦੀ ਬੇਟੀ ਇੰਗਲੈਂਡ ਦੇ ਵਿੱਚ ਹੈ ਦਮਾਮ ਇੰਗਲੈਂਡ ਦੇ ਵਿੱਚ ਹੈ ਇੱਕ ਨੂੰਹ ਪੁੱਤਰ ਉਹ ਕੈਨੇਡਾ ਦੇ ਵਿੱਚ ਹੈ ਸਰਦਾਰ ਪਿਆਰਾ ਸਿੰਘ ਅਤੇ ਉਹਨਾਂ ਦੀ ਵਾਈਫ ਇੱਥੇ ਜੋ ਭਾਈ ਰਹਿ ਰਹੇ ਨੇ ਸੋ ਚੰਗਾ ਪਰਿਵਾਰ ਹੈ ਜੋ ਮਾਤਾ ਜੀ ਦੇ ਇਸ ਨਗਰ ਦੇ ਵਿੱਚ ਚੰਗੀ ਬਣੀ ਸੀ ਉਸ ਤੋਂ ਬਾਅਦ ਸਰਦਾਰ ਪਿਆਰਾ ਸਿੰਘ ਜਿਨ੍ਹਾਂ ਨੇ ਪਿਛਲੇ ਸਮੇਂ ਸਰਪੰਚ ਦੀ ਚੋਣ ਲੜੀ ਜਿਹਦਾ ਇਸ ਨਗਰ ਦੇ ਵਿੱਚ ਬੜਾ ਹੀ ਪਿਆਰ ਆ ਉਤਸ਼ਾਹ ਹੈ ਅੱਜ ਮਾਤਾ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਜੋ ਆਪਣੇ ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਸੋ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਸੋ ਮੈਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ
Thank you.
ਬਾਈ ਤੂੰ ਨਾ ਕਹੀ ਮੇਰੀ ਜਾਈ ਇੱਕ ਗੱਲ ਅਸੀਂ ਦੁੱਖ ਕਰ ਚੁੱਕੇ ਹਾਂ
ਪੂਰੇ ਵੱਟ ਦੇ ਉਹਨਾਂ ਲੋਕਾਂ ਨੇ ਬੈਦਵਾਨ ਲੋਕਾਂ ਨੇ ਇਹ ਗੱਲ ਕਹੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਇਹ ਝੂਠੜੀ ਜਿਹੜੇ ਲੋਕ ਆ ਵਿਗਿਆਨੀ ਲੋਕ ਸਾਇੰਸਦਾਨੀ ਲੋਕ ਆ ਜਿਹੜੇ ਕਹਿੰਦੇ ਵੀ ਰੱਬ ਹੈ ਨਹੀਂ ਪਰ ਉਹ ਜੇ ਰੱਬ ਲੱਗਦੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਲੱਗਦੇ ਹੈ ਉਹਦੀ ਥੱਲੀ ਜਾਣੀ ਦੇ ਲੋਕ ਹੋ ਜਾਂਦੇ ਆ ਇੱਕ ਕਹਿੰਦੇ ਆ ਉਹ ਵੀ ਬੁੱਧੀ ਜੀਵਨ ਬਣਿਆ ਪੜ੍ਹਿਆ ਲਿਖਿਆ ਆਪਣਾ ਵਿਦਵਾਨ ਆਪਣਾ ਸਾਇੰਸਦਾਨ ਆ ਬੜਾ ਖੋਜੀ ਆ ਬੜਾ ਤਜਰਬੇਕਾਰ ਆ ਉਹ ਲੋਕ ਕਹਿੰਦੇ ਵੀ ਜੇ ਦੁਨੀਆਂ ਦੇ ਰੱਬ ਆ ਤਾਂ ਗੁਰੂ ਗ੍ਰੰਥ ਸਾਹਿਬ ਆ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਇਹ ਕਹਿੰਦੇ ਨੇ ਵੀ ਸਾਡੀਆਂ ਜਗੀਆਂ ਪ੍ਰੇਰਨਾ ਦਾ ਹਿਸਾਬ ਹੋਣਾ ਇਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਮੇਰੇ ਹੁਕਮ ਕਰਤਾ ਸੀ ਵੀ ਸੰਗਤ ਜਦੋਂ ਵੀ ਸੰਗਤ ਵਿੱਚ ਆ ਕੇ ਨਾ ਹਰੇਕ ਬੰਦਾ ਆਪਦੇ ਪਿਛਲੇ ਬਤੀਤ ਹੋਏ ਦਿਨ ਦਾ ਹਿਸਾਬ ਕਿਤਾਬ ਸੰਗਤ ਜਾ ਕੇ ਦੱਸੇ ਵੀ ਮੈਂ ਦਿਨ 'ਚ ਕਿੰਨੇ ਚੰਗੇ ਕੰਮ ਕੀਤੇ ਨੇ ਕਿੰਨੇ ਮਾੜੇ ਅਤੇ ਜਦੋਂ ਆਪਣੇ ਅੱਗੇ ਉੱਠ ਕੇ ਸੰਗਤ ਕਹਿੰਦੇ ਸੀ ਵੀ ਮੈਂ ਕਦੇ ਬਾਹਰ ਦਾ ਚੰਗਾ ਕੀਤਾ ਆਹ ਵੀ ਚੰਗਾ ਕੀਤਾ ਮੇਰੇ ਵਰਗੇ ਨੇ ਚੰਗੇ ਜਨਾਦੇ ਨੇ ਅਤੇ ਮਹਾਰਾਜ ਜੀ ਜਿਹੜੇ ਬੁਰੇ ਕੰਮ ਸੀ ਉਹ ਦੱਸਦੇ ਵੀ ਭਾਈ ਆਹ ਕਿਉਂ ਵੀ ਦੱਸੇ ਆਏ ਪਰ ਸੰਗਤਾਂ ਦੇ ਜਿਹੜੇ ਪ੍ਰੇਰਨ ਆ ਮਹਾਰਾਜ ਜੀ ਘਟਾਉਂਦੇ ਸੀ ਹੋਏ ਹੋਏ ਕਿਉਂਕਿ ਇਹਦਾ ਮਨੁੱਖ ਆ ਉਹ ਤੋਂ ਦਰਿਆਈ ਹੋ ਜਾਂਦੀ ਗੁਨਾਹ ਖਰਾਬ ਹੋ ਜਾਂਦਾ ਜਿਹੜਾ ਮਨੁੱਖ ਆ ਉਹ ਭੁੱਲਣਹਾਰ ਆ ਮਨ ਨੂੰ ਭੁੱਲਣਾ ਹੁੰਦਾ ਸਭ ਤੋਂ ਮਹੱਤਵਪੂਰਨ ਕਰਤਾ ਹੈ ਤਾਂ ਭੁੱਲਣਹਾਰ ਪਰ ਜੇ ਗੁਰੂ ਤੋਂ ਸਮਝ ਕੇ ਵੀ ਭੁਲਾਂਦੇ ਆਪਾਂ ਜਾਣ ਪੜੇ ਜਿੰਨਾ ਚਿਰ ਸਾਨੂੰ ਨਹੀਂ ਪਤਾ ਵੀ ਅਸੀਂ ਗੰਤਨੇਮ ਨਹੀਂ ਕਰਨਾ ਉਹਨਾਂ ਚਿਰ ਦਾ ਤੇ ਆਪਾਂ ਭੁੱਲਣਹਾਰ ਆ ਜਦੋਂ ਸਾਨੂੰ ਪਤਾ ਲੱਗ ਜਾਣਾ ਵੀ ਅਸੀਂ ਸਿੱਖ ਹਾਂ ਅਸੀਂ ਗੁਰੂ ਘਰੇ ਵੀ ਆਉਣਾ ਅਸੀਂ ਬਾਣੀ ਵੀ ਪੜ੍ਹਨੀ ਹੈ ਅਸੀਂ ਗੁਰਬਾਣੀ ਨੂੰ ਉਚਾਰਨਾ ਵੀ ਹੈ ਅਸੀਂ ਗੁਰਬਾਣੀ ਦੇ ਹੁਕਮ ਮੁਤਾਬਕ ਵੀ ਚੱਲਣਾ ਅਤੇ ਜੇ ਅਸੀਂ ਫਿਰ ਨਹੀਂ ਕਰਦੇ ਫਿਰ ਅਸੀਂ ਭੁਲਾ ਵੀ ਜਾਣ ਬੁੱਝ ਕੇ ਕਰਦੇ ਕਿਉਂਕਿ ਹਰੇਕ ਬੰਦੇ ਨੂੰ ਪਤਾ ਅੱਜ ਇਹ ਨਹੀਂ ਕਿ ਮਾਤਾ ਜੀ ਗਏ ਨੇ ਬਸ ਆਪਣੇ ਮਨ 'ਚ ਇਹ ਹੀ ਖਿਆਲ ਹੈ ਕਿ ਮਾਤਾ ਜੀ ਚਲੇ ਗਏ ਆਪਾਂ ਭੋਗ ਤੇ ਆ ਗਏ ਬਸ ਠੀਕ ਠਾਕ ਹੈ ਮਹਾਰਾਜ ਜੀ ਨੇ ਕਿਹਾ ਮੁਸਾਫਾ ਇਸ ਭਾਂਡੇ ਦਾ ਇਕਮਾ ਨੂੰ ਲਾਗੇ ਖੜਕਾ ਕਹਿੰਦੇ ਸਰੀਰ ਰੂਪੀ ਭਾਂਡੇ ਦਾ ਉੱਪਰੋਂ ਸਹੀ ਨਹੀਂ ਹੋਈ ਆ ਬੋਲਦਿਆਂ ਬੋਲਦਿਆਂ ਕਦੋਂ ਜੀ ਪਤਾ ਨਹੀਂ ਕਦੋਂ ਬੰਦ ਹੋਇਆ ਤੁਰਦਿਆਂ ਤੁਰਦਿਆਂ ਕਦੋਂ ਪਤਾ ਨਹੀਂ ਕਦੋਂ ਪਰ ਮੰਨ ਜਾਣੇ ਸਾਡੇ ਦੇਖਦਿਆਂ ਦੇਖਦਿਆਂ ਪਤਾ ਨਹੀਂ ਕਦੋਂ ਅੱਖਾਂ ਬੀਜ ਲੈਣੀਆਂ ਸੌਂਦਿਆਂ ਸੌਂਦਿਆਂ ਪਤਾ ਨਹੀਂ ਕਦੋਂ ਸੌਣਾ ਬੰਦ ਹੋ ਜਾਣਾ ਇਹ ਜਿਹੜੀ ਜੋਤਾਂ ਮਿਲਣ ਕਰਦੇ ਅਸੀਂ ਜਿਹੜੀ ਜੋਤ ਦੀ ਸਾਨੂੰ ਕਦਰ ਹੋਈ ਨਹੀਂ ਉਸੇ ਜੋਤ ਨਾਲ ਅਸੀਂ ਬੋਲਦੇ ਸੁਣਦੇ ਖਾਂਦੇ ਪੀਂਦੇ ਪਹਿਨਦੇ ਪਛੜਦੇ ਕੰਮ ਕਾਰ ਕਰਦੇ ਮਹਾਰਾਜ ਜੀ ਜੋਤ ਰੱਖੀ ਤੁਹਾਡੇ ਵਿੱਚ ਤਾਂ ਤੂੰ ਜਗ ਮੈਂ ਆਇਆ ਇਹ ਬੰਦਾ ਜਦੋਂ ਚੜ੍ਹਾਈ ਕਰਦਾ ਵਾ ਉਹਦੇ ਸਰੀਰ ਤਾਂ ਵੀ ਹੁੰਦਾ ਘਰ ਵੀ ਹੋਈ ਪਰਿਵਾਰ ਵੀ ਹੋਈ ਅਤੇ ਜੋਤ ਨਹੀਂ ਹੁੰਦੀ ਅਤੇ ਮਹਾਰਾਜ ਜੀ ਨੇ ਚਾਚੀ ਬਾਤ ਪਿਤਾ ਤੋਂ ਕਾਬੂ ਕਮਲ ਤੋਂ ਟੁੱਟੀ ਜੋਈ ਘੱਟ ਮੁੰਡੇ ਕੋਈ ਬਾਤ ਨਾ ਪੁਰੀਏ ਕੱਢੋ ਕੱਢੋ ਹੋਈ ਆਪਾਂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਸ਼ਹੀਦੀ ਨੂੰ ਸਮਾਰਕ ਥੋੜ੍ਹੀ ਜਿਹੀ 10 ਮਿੰਟ ਦੀ 15 ਮਿੰਟ ਦੀ ਵਿਚਾਰ ਕਰਕੇ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ ਕਿਉਂਕਿ ਸਤਿਗੁਰਾਂ ਦਾ ਸਹਾਰਾ ਲਈ ਸ਼ਹੀਦੀ ਦਿਹਾੜਾ ਹੈ ਇਸ ਮਹੀਨੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਆਪਾਂ ਸ਼ਹੀਦੀ ਦਿਹਾੜਾ ਪ੍ਰੋਗਰਾਮ ਪੂਰੇ ਵਰਲਡ 'ਚ ਬਣਾਇਆ ਹੈ ਜੇ ਮੰਨੀਏ ਕਿ ਗੁਰੂ ਅਰਜਨ ਦੇਵ ਮਹਾਰਾਜ ਰੱਬ ਸੀ ਉਹ ਤੱਤੀਆਂ ਤਵੀਆਂ ਨੂੰ ਪਾਣੀ ਵਰਗੀਆਂ ਠੰਡੀਆਂ ਕਰ ਸਕਦੇ ਸੀ ਰੱਬ ਸੀ ਅਕਾਲ ਪੁਰਖ ਸੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ 'ਚ ਕਿੰਨੀਆਂ ਕੁਰਬਾਨੀਆਂ ਹੋਣਗੀਆਂ ਕਿੰਨੀਆਂ ਕੁ ਇਹਨਾਂ ਕੁਰਬਾਨੀਆਂ ਦੀ ਨੀਂਦ ਰੱਖਣੀ ਸੀ ਆ ਸਾਡੇ ਸਿਰਾਂ 'ਤੇ ਦਸਤਾਰਾਂ ਸਾਡੇ ਚਿਹਰਿਆਂ 'ਤੇ ਦਾੜੇ ਸਾਡੀਆਂ ਭੈਣਾਂ ਦੇ ਸਿਰਾਂ 'ਤੇ ਚੁਣੀਆਂ ਸਾਡੀਆਂ ਆਜ਼ਾਦੀਆਂ ਅਸੀਂ ਆਨੰਦ ਦਾ ਜੀਵਨ ਭੋਗ ਰਹੇ ਹਾਂ ਇਹ ਸਾਨੂੰ ਕੁਰਬਾਨੀਆਂ ਦਾ ਕਰਕੇ ਮਿਲਿਆ 249 ਸਾਲ ਲੱਗੇ 249 1469 ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਅਵਤਾਰ ਆਏ ਨੇ ਇਹ 1708 'ਚ ਤਲਗੀਧਰ ਪਾਤਸ਼ਾਹ ਸੱਚਖੰਡ ਚਲੇ ਗਏ ਇਹ 249 ਸਾਲ ਕਿੰਨਾ ਗੁਰਬਾਣੀ ਦਾ ਪ੍ਰਚਾਰ ਹੋਇਆ ਕਿੰਨੀ ਸੇਵਾ ਹੋਈ ਕਿੰਨੀਆਂ ਕੁਰਬਾਨੀਆਂ ਹੋਈਆਂ ਹੁਣ ਤੱਕ ਲੈ ਕੇ ਜਿੰਨੀਆਂ ਵੀ ਕੋਈ ਕੁਰਬਾਨੀਆਂ ਹੋਈਆਂ ਕੋਈ ਗਿਣਤੀ ਨਹੀਂ ਉਹਨਾਂ ਕੁਰਬਾਨੀਆਂ ਦਾ ਸਦਕਾ ਸੀ ਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਰੂਪ ਦੇ ਹੋਏ ਹੈ ਬੋਲੇ ਸ਼ਾਹ ਵਰਗੇ ਲੱਗਦੇ ਕਿ ਨਾ ਕਰੋ ਭਗਤ ਕੀ ਨਾ ਕਰੋ ਤਪ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਣ ਤੁਮ ਵੀ ਸਭ ਕੀ ਆ ਗੁਰਬਾਣੀ ਦਾ ਕੀ ਸਹਿਤ ਕੀ ਜ਼ਰੂਰ ਕੀ ਨਾ ਮੰਦਰ ਹੋਣੇ ਸੀ ਨਾ ਧੋਤੀ ਨਾ ਧੋਬੀ ਨਾ ਦਸਤਾਰ ਨਾ ਕਿਸ ਨਾ ਦਾੜੀ ਮਹਾਮਣੀ ਤੋ ਪਛਮੀ ਵੀਰ ਜੋ ਦਾ ਪਿਤਾ ਪੰਥ ਦਾ ਅਕਾਲ ਦਾ ਬਹੁਤ ਮਾਂ ਮੇਰੀ ਜੇ ਦੁੱਧ ਦੀ
ਕਰਸ਼ੇ ਦੇ ਨਾਲ
ਬਾਰਾਂ ਦੇ ਸੀਸ ਤੇ ਰੇਤੀ ਰੇਤ ਪਈ ਪੱਤੀ ਤੇ ਜਦੋਂ ਭੜਭੂਤੇ ਦੇ ਕੋਲ ਆਏ ਨਾ ਲਾਹੌਰ ਤੇ ਉਹਦਾ ਜਲੂਸ ਕੱਢਦੇ ਕੱਢਦੇ ਨੱਕ ਪਾ ਕੇ ਚੰਦੂ ਦੇ ਉਹਨੇ ਸੱਚ ਮਾਰਿਆ ਸੀ ਮੇਰੇ ਬਾਪੀ ਨੂੰ ਨੱਕਾਂ ਚਲੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਪੱਤੀਆਂ ਕਮੀਆਂ 'ਤੇ ਬੈਠੇ ਨੇ ਉਹਨਾਂ ਨੇ ਮਨ ਕੀਤਾ ਵੀ ਰਾਵੀ ਦੇ ਵਿੱਚ ਇਸ਼ਨਾਨ ਕਰਨਾ ਅਤੇ ਜਿਹੜੇ ਚੰਦੂ ਵਰਗੇ ਸੀ ਕਹਿੰਦੇ ਜਦੋਂ ਸੜੇ ਹੋਏ ਸਰੀਰ ਨੂੰ ਪਾਣੀ ਲੱਗੋ ਨਾ ਪਾਣੀ ਸੜੇ ਹੋਏ ਸਰੀਰ ਨੂੰ ਉਦੋਂ ਹੋਰ ਤੜਫੂਗਾ ਇਹ ਅਤੇ ਰਾਵੀ ਦੇ ਵਿੱਚ ਚੁੱਭਾ ਲਾਉਣ ਵਾਸਤੇ ਜਦੋਂ ਮਹਾਰਾਜ ਨੂੰ ਲੱਗੇ ਜੋਤੀ ਜੋਤ ਲਈ ਸੰਪੂਰਨ ਕੀਆ ਨਾਮ ਸੂਰਜ ਕਰਨ ਲਈ ਜਲ ਕਾ ਜਲ ਹੋਆ ਰਾਮ ਸੱਚੇ ਪਾਤਸ਼ਾਹ ਪਰ ਰਾਵੀ ਤੋਂ ਬਾਅਦ ਕੀ ਹੈ ਕਹਿਣ ਤੋਂ ਭਾਵ ਕਿ ਐਡੇ ਐਡੇ ਸਾਡੇ ਸਤਿਗੁਰੂ ਮਹਾਨ ਸ਼ਕਤੀਆਂ ਮਹਾਨ ਗੁਰੂ ਸਾਹਿਬਾਨ ਅਕਾਲ ਪੁਰਖ ਦੀ ਨੂੰ ਉਹਨਾਂ ਨੇ ਵੀ ਕਿਹਾ ਵੀ ਸਰੀਰ ਕਰਕੇ ਅਸੀਂ ਇੱਥੇ ਨਹੀਂ ਰਹਿ ਸਕਦੇ ਸਰੀਰ ਕਰਕੇ ਤਾਂ ਬਾਰੀ ਆਪੋ ਆਪਣੀ ਕੋਈ ਨਾ ਮੰਨੇ ਦੀ ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ ਉਹਦੇ ਪਿਆਰੇ ਦਿਲ ਸੇਖਣਾ ਨਹੀਂ ਜਿੰਨੀ ਚਾਦਰ ਦੀ ਮਾਰ ਗਈ ਸੀ ਉੱਪਰ ਤੁਰ ਪੈਣਾ ਕਿਸੇ ਤੋਂ ਪੁੱਛਣਾ ਨਹੀਂ ਸਾਨੂੰ ਕਿਸੇ ਨੇ ਜਾਂਦਿਆਂ ਰੁਕਣਾ ਨਹੀਂ ਵੀ ਅਸੀਂ ਕਿਸੇ ਦੇ ਰੁਕਿਆ ਰੁਕਣਾ ਨਹੀਂ ਇਹ ਸਫ਼ਰ ਜ਼ਿੰਦਗੀ ਦਾ ਜਦੋਂ ਮੁੱਕ ਜਾਂਦਾ ਉਦੋਂ ਤੱਕ ਅਕਾਲ ਪੁਰਖ ਬਣਦਾ ਅਤੇ ਜੇ ਗੁਰੂ ਬਣੇ ਉਹ ਵੀ ਆ ਦੁਨੀਆਂ ਤੋਂ ਸਰੀਰ ਕਰਕੇ ਭਵੇਂ ਸਤਿਗੁਰੂ ਚਲੇ ਗਏ ਨੇ ਪਰ ਜੋਤ ਕਰਕੇ ਇਹ ਹੈ ਅਸੀਂ ਸਰੀਰ ਕਰਕੇ ਵੀ ਚਲੇ ਜਾਂਦੇ ਹਾਂ ਅਤੇ ਜੋਤ ਕਰਕੇ ਵੀ ਚਲੇ ਜਾਂਦੇ ਹਾਂ ਬਾਲਾਂ ਨੇ ਤਾਂ ਦੂਜੀ ਤੀਜੀ ਪੀੜ੍ਹੀ ਤੱਕ ਨਾਂ ਦਿੱਤਾ ਮੰਮੇ ਦਾ ਫਿਰ ਉਸ ਤੋਂ ਬਾਅਦ ਦਾਦਾ ਕੌਣ ਸੀ ਪੜਦਾਦਾ ਕੌਣ ਸੀ ਗਾ ਉਹਨਾਂ ਦਾ ਵੱਡਾ ਵਡੇਰਾ ਕੌਣ ਸੀ ਇਹ ਤਾਂ ਪਰ ਸਾਡੀਆਂ ਨੌਜਵਾਨ ਪੀੜ੍ਹੀਆਂ ਭੁੱਲ ਜਾਂਦੀਆਂ ਜੇ ਮਹਾਰਾਜ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਰਹਿਣਾ ਤਾਂ ਪਰਮੇਸ਼ਰ ਦਾ ਨਾਮ ਹੈ ਜਿਹੜਾ ਕਿਰਾਇਆ ਸਾਡਾ ਉਹ ਅੱਜ ਵੀ ਬਣ ਗਈ ਇਹ ਹੈ ਇਹ ਵੀ ਸਾਡੇ ਰਿਵਾਜ਼ ਨਹੀਂ ਅਸੀਂ ਮੁੰਡੇ ਨੂੰ ਹੱਥ 'ਚ ਰੁਪਈਆ ਪਾਉਂਦੇ ਹਾਂ ਜਾਂ 10 ਰੁਪਈਏ ਜਾਂ 100 ਰੁਪਈਆ ਪੀਵੀ 500 ਰੁਪਈਆ ਵੀ ਕਰਾ ਦਿੰਦੇ ਹਾਂ ਵੀ ਕਿਰਾਇਆ ਹੈ ਉਹ ਤਾਂ ਸਾਰਿਆਂ ਲੱਗਣਾ 'ਚ ਹੀ ਵੱਜ ਜਾਣਾ ਬੇਸ਼ੱਕ ਸਾਨੂੰ ਦੁਨੀਆਂ ਦੇ ਰਿਵਾਜ਼ਾਂ ਤੋਂ ਲੱਗਣਾ ਪੈਂਦਾ ਪਰ ਜਿਹੜਾ ਕਿਰਾਇਆ ਅਸਲ ਬੰਦਾ ਜਦੋਂ ਜਿਉਂਦਾ ਨਾ ਜਿੰਨਾ ਉਹਦਾ ਨੱਚਣੇ ਵਾ ਜਿੰਨੀ ਕੁ ਉਹਦੀ ਬਣਦੀ ਹੈ ਜਿੰਨੇ ਕੁ ਉਹਦੇ ਭਲਾਈ ਦੇ ਕੰਮ ਨੇ ਉਹ ਕਰਾਇਆ ਮਹਾਰਾਜ ਕਹਿੰਦੇ ਸਤਿਗੁਰ ਸਿੱਖ ਉਹ ਨਾਮ ਧੰਨ ਦੇ ਗੁਰ ਕਾ ਸਿੱਖ ਵੱਡੇ ਭਾਗੀ ਜਿਹਨਾਂ ਕੋਲ ਨਾਮ ਧੰਨ ਆ ਉਹ ਵੱਡੇ ਭਾਗਾਂ ਵਾਲੇ ਸਰਬ ਸਮਾਜ ਜਿੰਨਾ ਸਮਾਂ ਪ੍ਰਵਾਨ ਹੋਣਾ ਮੇਰਾ ਸੀ ਉਹਨਾਂ ਸੰਪੂਰਨ ਹੋ ਗਿਆ ਇੱਕ ਸ਼ਬਦ ਦੀ ਹਾਜ਼ਰੀ ਭਰ ਕੇ ਆਪਾਂ ਨਾਲ ਹੀ ਅਨੰਦ ਸਾਹਿਬ ਜੀ ਦਾ ਪਾਠ ਕਰਨਾ ਹੈ ਸਾਰੀ ਸੰਗਤ ਅਰਦਾਸ ਕਰੀਏ ਕਿ ਸਤਿਗੁਰੂ ਜੀ ਠੀਕ ਹੋਈ ਹੋਣਾ ਮਾਤਾ ਗੁਰਜਾਤ ਕੌਰ ਜੀ ਨੂੰ ਆਪਣੇ ਚਰਨਾਂ ਦੀ ਅਰਦਾਸ ਦਿਓ ਪਿਛਾਂ ਪਰਿਵਾਰ ਨੂੰ ਮਹਾਨ ਗੁਰੂ ਦਾ ਪਰਮੇਸ਼ਰ ਜਿਹੜਾ ਕੀ ਆ ਪੀਠਾ ਲਾ ਕੇ ਆਪਣਾ ਪਦਾਰਥ ਨਾ ਕਮਾਂਗੇ ਇੱਥੇ ਜਿਵੇਂ ਵੀ ਆਪਾਂ ਸਾਰੇ ਗੁਰੂ ਮਹਾਰਾਜ ਦੀ ਗੋਦ ਵਿੱਚ ਪਹੁੰਚੇ ਹਾਂ ਭਗਤ ਕਰੀਏ ਕਿ ਅਸੀਂ ਹਰ ਰੋਜ਼ ਨੱਚਦੇ ਹੋ ਸਤਿਗੁਰੂ ਨੂੰ ਘਰ ਜਾਈਏ ਆਪਾਂ ਜੇ ਰਾਜਾ ਦਾ ਇਹ ਪੁੱਛੀਏ ਵੀ ਕੌਕੇ ਪਿੰਡ ਦੇ ਕਿੰਨੀ ਮੋੜ ਆ ਆਰਾਮ ਨਾਲ ਹੀ ਕਹਿੰਦਾ ਵੀ 7,000 ਜਾਂ 7,500 ਕਿਸੇ ਪਿੰਡ 'ਚ 10,000 ਕਰੋੜ ਕਿਸੇ 'ਚ 15,000 ਕਰੋੜ ਕਿਸੇ ਪਿੰਡ 'ਚ 5,000 ਕਰੋੜ ਕਿਸੇ 'ਚ 3,000 ਕਰੋੜ ਅਤੇ ਜੇ ਗੁਰਦੁਆਰੇ ਜਾ ਕੇ ਦੇਖੀਏ ਤਾਂ 3 ਵਜੇ ਕਿਤੇ ਆਉਂਦੇ ਕਿਉਂਕਿ ਸਾਨੂੰ ਸਿੱਖੀ ਬੜੀ ਮਹਿੰਗੀ ਮਿਲੀ ਹੈ ਇਹ ਵੀ ਭਾਜਾਂ ਦਾ ਕੰਮ ਹੈ ਰਾਮਗੀਆਂ ਦਾ ਕੰਮ ਆ ਮਹਾਰਾਜ ਜੀ ਕਹਿੰਦੇ ਸਾਧੂ ਸਾਹਿਬ ਸਤਿਗੁਰੂ ਦੇ ਪਿਆਰੇ ਸਾਧੂ ਸੱਚੀ ਬਾਣੀ ਇਹ ਸਾਡਾ ਸਾਰਿਆਂ ਕਿਸੇ ਮਨ ਦੇ ਭਾਈ ਵੀ ਰੱਖ ਸਕਦੇ ਸੀ ਜਾਂ ਕੀ ਰਾਗੀ ਘਾਟੀ ਵੀ ਰੱਖ ਸਕਦੇ ਸੀ ਵਰਤਣੇ ਸਿੱਖਣਾ ਹੋ ਗਈ ਹੈ ਵੀ ਤੁਸੀਂ ਮਾਣੀ ਪੜ੍ਹ ਕੇ ਸੁਣਦੇ ਹੈ ਜੇ ਅਸੀਂ ਬਾਣੀ ਪੜ੍ਹ ਕੇ ਸੁਣਦੇ ਨਹੀਂ ਪ੍ਰਚਾਰ ਕੇ ਨਹੀਂ ਬਾਣੀ ਨੂੰ ਅਮਲ ਨਹੀਂ ਕਰਦੇ ਬਾਣੀ ਦੇ ਜੇ ਸਾਡਾ ਨੱਚਣੇ ਨੇ ਨਹੀਂ ਕੋਈ ਇਹ ਮਾਤਰ ਸਾਨੂੰ ਕਰਦੇ ਕਿ ਨਹੀਂ ਕਰਦਾ ਸਾਡੇ
ਪ੍ਰਥਮ ਭਗਵਤੀ ਸਵਰਗੈ ਗੁਰੂ ਨਾਨਕ ਨਹੀਂ ਦਿਹਾਈ ਬ੍ਰਹਮੰਡ ਗੁਰਦੇ ਅਮਰਦਾਸ ਸਾਮ ਦਾਸਾਂ ਨੂੰ ਸਾਹੇ ਅਰਜਨ ਹਰ ਗੁਰ ਨਾ ਸਤਿਗੁਰੂ ਸ੍ਰੀ ਗੁਰੂ ਰਾਏ ਸ੍ਰੀ ਹਰ ਕ੍ਰਿਸ਼ਨ ਦੇ ਅਗਨ ਤੇ ਬਹਾਦਰ ਸਵਰਿਆ ਕਰਨਾ ਮ੍ਰਿਤ ਆਵੇ ਧਾਏ ਸਵਧਾਨੀ ਹੋਈ ਸਾਹੇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹ ਦੀ ਆਤਮਕ ਜੋਤ ਜੁਗੋ ਜੁਗ ਅਕਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਦੀਦਾਰ ਧੰਨ ਖਾਲਸਾ ਸਾਹਿਬ ਗੁਰੂ ਨਾਨਕ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਦੇ ਚਾਲੀ ਲੋਕ ਦੇ ਅਰਜਨਾਂ ਜਪੀਆਂ ਵੰਡ ਪਿਛਿਆ ਦੇ ਵਿੱਚ ਲਾਈ ਦੇ ਗੁਆਈ ਦੇ ਪਿਆ ਪ੍ਰਤੀ ਕੱਢਦਾ ਪਿਆ ਜਾਂ ਸਜਾਰਿਆ ਸਤਿਗੁਰ ਬਾਣਾ ਦੀ ਗੁਆਈ ਦਾ ਧਿਆਨ ਪਰ ਖਾਲਸਾ ਸਾਹਿਬ ਹੋਣਾ ਜੀ ਵਾਹਿਗੁਰੂ ਜੀ ਪੰਜਾ ਕਰਤਾ ਸਰਬੱਤ ਗੁਰਦੁਆਰਾ ਨੂੰ ਧਾਮਾ ਸ਼ਹੀਦ ਸਿੱਧਾ ਸਿੰਘ ਦੀਆਂ ਝੰਡਿਆ ਹੋ ਗਿਆ ਨਿਸ਼ਾਨਾ ਜੀ ਦਾ ਧਿਆਨ ਪਰ ਖਾਲਸਾ ਸਾਹਿਬ ਹੋਣਾ ਜੀ ਵਾਹਿਗੁਰੂ ਜੀ ਪਹਿਲੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਵਾਹਿਗੁਰੂ 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 ਨਾਮ ਜਦ ਆਵੇ ਜਦ ਆਵਾ ਸਤ ਕਾ ਸਤ ਸੁਖੋ ਮੈਦਾਨ ਖਾਲਸਾ ਜੀ ਸਾਹਿਬ ਤਾਂ ਤਾਂ ਅਚਾਰਿਆ ਦੇ ਗੁਰੂ ਫਤਿਹ ਗੜ ਕੀ ਪੈਰ ਪੰਥ ਦੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਦੇ ਬੋਲ ਵਾਹਿਗੁਰੂ ਖਾਲਸਾ ਸਾਹਿਬ ਨਾਮ ਜੀ ਸ੍ਰੀ ਵਾਹਿਗੁਰੂ ਜੀ ਬਖਸ਼ੋ ਸਿੱਖਾਂ ਨੂੰ ਸਤਿ ਸ੍ਰੀ ਅਕਾਲ ਰਹਿਤ ਦਾਨ ਬਰੇ ਦਾਨ ਬਸਾਹਾਂ ਤੋਂ ਸਾਗਾ ਕਰਨਾ ਸਰਦਾ ਨਾਮ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਕਰਨਾ ਚੌਪੀਆਂ ਝੰਡੇ ਮੁੰਗੇ ਜੁਗੋ ਜੁਗ ਅਕਲ ਧੰਕਾ ਜੈਕਾਰ ਖਾਲਸਾ ਸਾਹਿਬ ਗੁਰਨਾ ਦੇ ਸਿੱਖਾਂ ਦਾ ਮਨ ਨਹੀਂ ਬਾਬਾ ਦੂਜੇ ਮਨ ਪੱਖ ਦੇ ਆ ਕੇ ਆਪ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਸ੍ਰੀ ਨਾਨਕ ਸਾਹਿਬ ਦੇ ਹੋਰ ਜਿਨ੍ਹਾਂ ਤੋਂ ਮਨ ਖੁਸ਼ ਹੋਇਆ ਗਿਆ ਖੁੱਲੇ ਪਾਠ ਦਰਸ਼ਨ ਦੀ ਲਾਲ ਤੇ ਸਿੱਧਾ ਸੁਭਾਅ ਦਾ ਪਿਆ ਜੀ ਖਾਲਸਾ ਜੀ ਬਖਸ਼ੋ ਇਹਨੇ ਵਾਲਿਆਂ ਦੇ ਮਾਨ ਸਭ ਤੋਂ ਕਟਾਇਆ ਦੇ ਦਾਨ ਦੇ ਉਪਿਆ ਦੀ ਕੋਟ ਦੇ ਆਸਰਾ ਦੇ ਆਸਰੇ ਤੱਕ ਸ੍ਰੀ ਗੁਰੂ ਨਾਨਕ ਦੇਵ ਆਪ ਸੱਚੇ ਪਾਤਸ਼ਾਹ ਬਾਬਾ ਜੀ ਤੱਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਾਂ ਪਾਤਸ਼ਾਹ ਦੀ ਲਾਲ ਤੋਂ ਜੋ ਜੁਗੋ ਜੁਗ ਅਕਾਲ ਗੱਡੀ ਦੇ ਬਰਾਜਮਾਨ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜਿਹਾ ਜਿਹੜੀ ਜਾਤੀਆਂ ਉਹ ਆਤਮਾ ਹੈ ਧਰੇ ਦਾ ਮੈਦਾਨ ਦਾ ਸਤਿਗੁਰ ਕੀਤਾ ਹੈ ਗੁਰਬਾਣੀ ਮਹਾਂਭਾਗਾਂ ਅਨੁਸਾਰ ਆਪ ਜੀ ਦੇ ਦਰਗਾਹ ਦੇ ਪ੍ਰੀਤਮਾਨ ਸਤਿਕਾਰ ਯੋਗ ਮਾਤਾ ਜੀ ਮਾਤਾ ਗਜਾਰ ਕੌਰ ਆਪ ਜੀ ਦੇ ਬਖਸ਼ਿਸ਼ ਸੌਸਾ ਦੀ ਪੂਰਾ ਕਰਨਾ ਦਾ ਸੰਸਾਰ ਯਾਤਰਾ ਭੁੱਲ ਕੇ ਅਕਾਲ ਚਲਾਈ ਕੀਤੇ ਹੈ ਉਹਨਾਂ ਦੀ ਆਤਮ ਪ੍ਰਸ਼ਾਦ ਦੇ ਨਾਲ ਸਮੂਹ ਪਰਿਵਾਰ ਵੱਲੋਂ ਕਈ ਰੂਪ ਤੋਂ ਲੈ ਕੇ ਗ੍ਰਹਿ ਵਿਖੇ ਲਾਗਨ ਗੁਰਬਾਣੀ ਦੇ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਨਿਰੰਤਰ ਆਪ ਹਨ ਸਹਿਜ ਪਾਠ ਦੇ ਸੰਪੂਰਨ ਸਾਹਿਬ ਗੁਰਬਾਣੀ ਸ਼ਬਦ ਕੀਰਤਨ ਗੁਰਮਤ ਇਤਿਹਾਸ ਦੀ ਵਿਚਾਰ ਹੋਈ ਹੈ ਬਾਬਾ ਜੀ ਮਿਹਰ ਕਰਨਾ ਗੁਰਬਾਣੀ ਬੜੀ ਸੋਹਣੀ ਸੋਧ ਦੇ ਸੱਚਾ ਪਰਿਵਾਰ ਵੱਲੋਂ ਗੁਰਬਾਣੀ ਕਰਨਾ ਭਵਿਸ਼ ਕੁਮਾਰ ਕਰਨੀ ਅੱਗੇ ਵੱਧਦੇ ਪ੍ਰੇਮ ਸਤਿਕਾਰ ਦੇ ਨਾਲ ਗੁਰਬਾਣੀ ਪੜ੍ਹਦੇ ਗੁਰਮਤ ਵਿਚਾਰਾਂ ਕਰਦੇ ਮਾਤਬਖਸ਼ੀ ਕਰਨੀ ਬਾਬਾ ਜੀ ਮਿਹਰ ਕਰਨੀ ਮਾਤਾ ਗੁਰਦਿਆਲ ਕੌਰ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣੀ ਭੈਣੀ ਦੇ ਕੋਈ ਪੁਨਤ ਵਿਚੋਣਾ ਚਾਰ ਸਿੰਘ ਦੇ ਵੀਰ ਨੂੰ ਬਚਾਉਣਾ ਪਿੱਛੇ ਪਰਿਵਾਰ ਨੂੰ ਭਾਣਾ ਪਾਉਣਾ ਦਾ ਬਖਸ਼ਣਾ ਪਿੱਛੇ ਪਰਿਵਾਰ ਸੋਬਰ ਦੌਣੀ ਠੰਡ ਵਰਤੌਣੀ ਭੂਗਲ ਪੁੱਤਰ ਦੇ ਆਉਣਾ ਮਾਤਾ ਜੀ ਦੇ ਸਮੂਹ ਪਰਿਵਾਰ ਵੱਲੋਂ ਆਪ ਨੂੰ ਸੁੰਦਰ ਜੀ ਸ਼ਾਂਤੀ ਮਾਤਾ ਸਾਹਿਬ ਪ੍ਰਗਟ ਕੀਤੇ ਗਏ ਆ ਅੰਗੀਕਾਰ ਕਰਨੇ ਦੀ ਸੇਵਾ ਦੇ ਲੋਕ ਸੁੱਖੀ ਵੱਲੋਂ ਸੁਹੇਲੇ ਕਰਨੇ ਕੀਤੀ ਸੇਵਾ ਥਾਂ ਪਾਉਣੀ ਬਖਸ਼ੀਆਂ ਮੈਂ ਦਾਤਾਂ ਦੇ ਵਿੱਚੋਂ ਪਰਿਵਾਰ ਵੱਲੋਂ ਅੰਮ੍ਰਿਤ ਕਾ ਪ੍ਰਸ਼ਾਦ ਦਿੱਤਾ ਤੇ ਸਾਰੇ ਸੱਚੀ ਹਾਜ਼ਰ ਹੋਏ ਨੇ ਦਾਰ ਪਰਿਵਾਰ ਤੋਂ ਜੀ ਅਨੰਤ ਪ੍ਰਤਾਪ ਕੋ ਜੀ ਬਹੁਤ ਜੀ ਬਹੁਤ ਜੀ ਬਸਤਾ ਹੈ ਕਈ ਪਾਕ ਸੰ ਸੋਚ ਪ੍ਰਗਟਾ ਹੁਣ ਲਾਹੋ ਕੋ ਮਹਾਰਾਜ ਜੀ ਦਾ ਮਤ ਭੋਗ ਲਾ ਭੋਗ ਲੈ ਉਸ ਪ੍ਰਸ਼ਾਦ ਕਰਦੇ ਪਰਿਵਾਰ ਦਾ ਮਤਲਬ ਪ੍ਰਸ਼ਾਦ ਸੰਗਤਾਂ ਵਿੱਚ ਰਤੌਂਦੀ ਆ ਗਿਆ ਬਖਸ਼ੀ ਜੋ ਜੋ ਵੱਲੋਂ ਪਾਈ ਪਾਈ ਸਭ ਸੰਗਤ ਨਗਰ ਵਾਸੀ ਗੋਲ ਗੋਲ ਚੱਲ ਕੇ ਬਹੁਤ ਪਾਈਆਂ ਸੰਗਤਾਂ
ਤੈਨੂੰ ਭਗਾਵਾ ਸੰਤਾਂ ਵੱਲੋਂ ਹਾਜ਼ਰ ਹੋ ਗਿਆ ਸਿਵਤੀ ਆਪ ਆਪਣੀ ਪਰਵਾਨ ਗੁਰੂ ਜੀ ਆਪਣੇ ਭਗਤ ਆਪਣਾਵੇ ਸਹਿ ਬਖਸ਼ ਕੇ ਸੰਤਾਂ ਨੂੰ ਕਰਤਾਰਥ ਕਰਨਾ ਸ੍ਰੀ ਪਿਆਰੇ ਮੇਲੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਰਾ ਤੇਰੇ ਭਾਣੇ ਸਰਬੱਤ ਸਾਰੇ ਮਾਰਾ ਮਾਰੂ ਸਰ ਤਾਂ ਸਾਰੇ ਨਾਮ ਮਾਰੂ
ਕਬੀਰ ਮਰਤਾ ਮਰਤਾ ਜਾਗੂ ਹੋਇਆ ਮਰ ਕੇ ਮਰ ਜਾਂਦਾ ਫੁੱਲ ਐਸੀ ਮਰਨੀ ਉਮਰ ਜਾਗਦੀ ਗੱਲ ਕੀਤੀ ਹੈ ਸਤਿਗੁਰੂ ਆਪਣੇ ਮਾਤਾ ਗੁਰਦਾਰ ਕੌਰ ਜਿਹਨੂੰ ਵਿਸ਼ਵਾਸਾਂ ਕੀ ਪੂਜੀ ਮਾਸਟਰ ਕੀਤੀ ਸੀ ਉਹਨੂੰ ਭੋਲਦੇ ਹੋਏ ਕਿੱਥੇ ਪਰਿਵਾਰ ਨੂੰ ਨੰਗਰ ਨੂੰ ਸਾਫ ਸੋਹਣੀਆਂ ਨੂੰ ਰਿਸ਼ਤੇਦਾਰਾਂ ਨੂੰ ਆਦਮ ਦਾ ਕਹਿ ਕੇ ਕਰੇ ਗਏ ਨੇ ਸਤਿਗੁਰੂ ਦੇ ਭਾਗ ਅਨੁਸਾਰ ਕਿਉਂਕਿ ਮਾਤਾ ਜੀ ਨੂੰ ਭਾਗ ਕੋਈ ਵੀ ਅਤਰੋਂਦੀ ਬਿਮਾਰੀ ਨਹੀਂ ਸੀ ਨਾ ਕੁਛ ਸਰੀਰ ਤੌਰ 'ਤੇ ਰਵੂਸੀ ਰਾਮ ਮਾਤਾ ਪਿਤਾ ਗੁਰਦੇ ਜੀ ਕਿਵੇਂ ਸਾਰਿਆਂ ਨੇ ਸੁਣਦੇ ਆ ਪਰ ਜਿਹੜਾ ਅੰਤ ਸਮਾਂ ਆਇਆ ਉਹ ਬੜਾ ਵਧੀਆ ਆਇਆ ਕਰਕੇ ਸਰਦਾਰ ਕਰਮ ਸਿੰਘ ਜੀ ਇਹਨਾਂ ਨੇ ਦੱਸਿਆ ਜਿਹੜਾ ਮਾਤਾ ਦੇ ਫੋਨ ਵੀ ਮਿਲਦਾ ਮੈਂ ਸਪੁੱਤਰ ਦੇ ਗੁਰੂ ਨੂੰ ਧਿਆਨ ਕਰਕੇ ਮਾਤਾ ਨੂੰ ਗਾ ਰਿਹਾ ਸਨ ਅਤੇ ਬਿਲਕੁਲ ਨਹੀਂ ਮਿਲਿਆ ਬਾਤ ਹੋ ਗਏ ਮਨ ਲੱਗਾ ਕਿਉਂਕਿ ਜੇ ਧਰਤੀ ਮੋਦੀ ਫੋਨ ਵੀ ਮਿਲਦੇ ਫਸਲਾਂ ਦੇ ਸਾਨੂੰ ਤਾਂ ਤਕਲੀਫ ਆ ਕੋਈ ਦਰਦਾ ਕੋਈ ਚੱਕਰ ਆਉਂਦਾ ਨਹੀਂ ਕੋਈ ਪਰ ਸਤਿਗੁਰੂ ਜੀ ਨੇ ਮਰਨ ਵਿਖਾਏ ਮੰਦਰ ਦੇ ਆਏ ਕਦੋਂ ਮਰਨਾ ਕਿਵੇਂ ਮਰਨਾ ਕਿੱਥੇ ਮਰਨਾ ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਹੱਥ ਆ ਆਪਾਂ ਨੂੰ ਕੋਈ ਵੀ ਪਤਾ ਨਹੀਂ ਕਰਦਾ ਕਿ ਮਰੇ ਨੂੰ ਕਿਸਾ ਮਰਨਾ ਹੋਵੇ ਕਿਸੇ ਨੂੰ ਪਤਾ ਨਹੀਂ ਸੋ ਪਰਿਵਾਰ ਨੇ ਮਾਤਾ ਜੀ ਨੂੰ ਸ਼ਾਮ ਨੂੰ ਰਾਤ ਨੂੰ ਉਹਦੇ ਜੋਤ ਲਗਾ ਕੇ ਸਾਰੇ ਪਾਠ ਪ੍ਰਣਾਮ ਉਠਾਏ ਸਨ ਜਿਨ੍ਹਾਂ ਦੇ ਅਮਰ ਦੁਆਰੇ ਕੋਈ ਉਪਾਏ ਨੇ ਉਪਰੰਤ ਸਾਧੂ ਦੇ ਸਾਨੂੰ ਗੁਰਦੁਆਰਾ ਸਾਹਿਬ ਅੰਤ ਮਕਾਮ ਦਾ ਸਰਬੱਤ ਮੰਨਿਆ ਦਾ ਸਤਿਗੁਰ ਬੋਲਿਆ ਕੁਛ ਕੀਰਤਨ ਕਰ ਪ੍ਰਣਾਮ ਜੋ ਕਿ ਸੋਗ ਪਾਠ ਪਾਠ ਸਮਝੋ ਹਰ ਹਰ ਪ੍ਰਣਾਮ ਕਰੇ ਪ੍ਰਣਾਮ ਜੋ ਤੁਸੀਂ ਅਸੀਂ ਪ੍ਰਣਾਮ ਦੇ ਨਾਲ ਸਾਂਝਾ ਕਰਨ ਵਾਸਤੇ ਦੁੱਖ ਮਨਾਉਣ ਲਈ ਉਸ ਵਿਸ਼ੇ ਉਹ ਆਤਮਾ ਨੂੰ ਸ਼ਰਧਾ ਦੇ ਤੌਰ 'ਤੇ ਕਰਨ ਵਾਸਤੇ ਪਹੁੰਚੇ ਹਾਂ ਜਿਵੇਂ ਅੱਜ ਗੱਲ ਕਰਦਾ ਸਿਖਾਈ ਜੀ ਸਾਡੇ ਨਾਲ ਜਿਹੜਾ ਅਪੀਲ ਕੀਤਾ ਮਾਤਾ ਦਾ ਉਹਨਾਂ ਦੇ ਪੁੱਤਰਾਂ ਦਾ ਕਿ ਆ ਕਾਸ਼ਤ ਦੇ ਵਿੱਚ ਮਾਤਾ ਦਾ ਮੌਜੂਦਾ ਮਿਲੇ ਸਾਬਕਾ ਮਿਲੇ ਪੂਰੇ ਕੌਮ ਦੇ ਗੁਰੂ ਸਰਕਾਰੀਆਂ ਦੇ ਪ੍ਰਧਾਨ ਗੁਰਦੁਆਰਾ ਸਾਹਿਬ ਦੇ ਮੌਜੂਦਾ ਸਰਪੰਚ ਸਾਬਕਾ ਸਰਪੰਚ ਮੌਜੂਦਾ ਮੈਂਬਰ ਸਾਬਕਾ ਮੈਂਬਰ ਪੰਚਾਇਤ ਸਾਰੇ ਰੱਖਦੇ ਇਸ ਪਰਿਵਾਰ ਦੇ ਪਿਆਰ ਦਾ ਸਤਿਕਾਰ ਅੱਜ ਮਾਤਾ ਜੀ ਦੇ ਅੰਤ ਮਨਾਉਣ ਦਾ ਸਾਡਾ ਧਰਮ ਨੇ ਸ਼ਰਧਾ ਦੇ ਤੌਰ 'ਤੇ ਪਰਿਵਾਰ ਜਾਏ ਸੋ ਪਰਿਵਾਰ ਦਾ ਹੁਕਮ ਹੋਇਆ ਬਿਲਕੁਲ ਪਰਿਵਾਰਾਂ ਨੂੰ ਕਾਰਨ ਹੋਇਆ ਮੈਨੂੰ ਤਾਂ ਹੁਕਮ ਹੋਇਆ ਸੀ ਦੋ ਮਿੰਟ ਦਾ ਕਿ ਹਰ ਇੱਕ ਪਰਿਵਾਰ ਨੂੰ ਦੋ ਮਿੰਟ ਮਿਲਿਆ ਪਰ ਮੈਂ ਆਪਣੇ ਕੋਲ ਪਤਾ ਮੈਂ ਕੋਲ ਆਪਣਾ ਭਾਰੀ ਨਹੀਂ ਦੇ ਰਹੇ ਕਿਰਪਾ ਕਰੋ ਜੀ ਭਾਰੀ ਤੋਂ ਪੰਜ ਕਰਵਾ ਦਿਓ ਸੋ ਸਭ ਤੋਂ ਪਹਿਲਾਂ ਸਾਡੇ ਸਰਕਾਰ ਲੋਕ ਸਰਦਾਰ ਮਨਜੀਤ ਸਿੰਘ ਜੀ ਖਾਲਸਾ ਕਾਲਜ ਸਾਹਿਬ ਉਹ ਵੀ ਪਹੁੰਚਦੇ ਨੇ ਸਰਪੰਚ ਮਨਜਿੰਦਰ ਸਿੰਘ ਜੀ ਉਹ ਵੀ ਪਹੁੰਚਦੇ ਨੇ ਸਰਦਾਰ ਸੁਖਦੇਵ ਸਿੰਘ ਲਾਗੀਆ ਦਸ ਸਿੰਘ ਜੀ ਖਾਲਸਾ ਅਮਰੇਸ਼ ਸਿੰਘ ਪ੍ਰਧਾਨ ਭਗਤੀ ਬਿਰਲਾ ਅਤੇ ਕਾਕਾ ਹਰੇਵਾਲ ਸਾਹਿਬ ਅਤੇ ਹਾਲੀ ਵੀ ਪਰਿਵਾਰ ਦੇ ਨਾਲ ਵੀ ਲੋਕੀ ਆ ਜਿਨ੍ਹਾਂ ਨੂੰ ਟਾਇਮ ਸੰਕੋਚ ਕਰਦਾ ਮਾਫੀ ਹੋਣਾ ਉਹਦੇ ਵਿੱਚ ਸੋਨੀ ਰਾਵ ਜੀ ਸੁਪੁੱਤਰ ਸਰਦਾਰ ਗੁਰਗ੍ਰੰਥ ਸਿੰਘ ਜੀ ਨਾਲ ਉਹ ਆਪਣੀ ਮਾਂ ਜੀ ਨਾਲ ਚਲੇ ਗਏ ਨੇ ਚਰਨਜੀਤ ਸਿੰਘ ਜੀ ਸਾਬਕਾ ਸਰਪੰਚ ਬੀਬੀ ਚਰਨਜੀਤ ਕੌਰ ਸਾਬਕਾ ਸਰਪੰਚ ਜਗਜੀਤ ਸਿੰਘ ਜੀ ਆਖੀਆ ਹਰਦੇਵ ਸਿੰਘ ਜੀ ਪ੍ਰਧਾਨ ਪ੍ਰਧਾਨ ਕਿਸਮਤ ਪੰਜਾਬ ਸਰਦਾਰ ਸਰਦਾਰ ਸਿੰਘ ਜੀ ਪੱਟੀ ਬਹਿਲਾ ਸੁਤੰਤਰ ਕਮੇਟੀ ਮੈਂਬਰ ਸਰਦਾਰ ਮਨਮੋਹਨ ਸਿੰਘ ਜੀ ਗੜੀ ਵਾਲੇ ਅਤੇ ਸਿੱਖ ਸਾਹਿਬਾਨ ਭਾਈ ਗੁਰਦੇਵ ਸਿੰਘ ਜੀ ਪਹੁੰਚੇ ਉਹਨਾਂ ਦੇ ਸੁਪੁੱਤਰ ਸਰਦਾਰ ਹਰਦੇਵ ਸਿੰਘ ਜੀ ਪਹੁੰਚੇ ਨੇ ਸਭ ਤੋਂ ਪਹਿਲਾਂ ਮੈਂ ਗੁਰਧੰਨ ਬਾਬਾ ਮਨਮੋਹਨ ਸਿੰਘ ਜੀ ਮਹਾਰਾਜ ਉਹਨਾਂ ਤੋਂ ਬਹੁਤ ਸਾਰੇ ਮਹਾਨ ਪੁਰਸ਼ ਧੰਨ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਉਹਨਾਂ ਦੀ ਸੇਵਾ ਕੀਤੀ ਮਹਾਂਪੁਰਸ਼ ਸੰਤ ਬਾਬਾ ਪ੍ਰਤਾਪ ਸਿੰਘ ਜੀ ਨੇ ਅੱਜ ਉੱਥੇ ਮੌਜੂਦਾ ਸੇਵਾ ਭਾਰ ਰਹੇ ਸੰਤ ਬਾਬਾ ਹਰਬੰਸ ਸਿੰਘ ਜੀ ਲਾਲ ਸਿੰਘ ਜਿਹਨਾਂ ਦੀ ਧਰਤੀ ਦੇ ਕੋਲ ਸਰਦਾਰ ਗੁਰਪੁਰ ਸਿੰਘ ਜਰਾ ਸਿੰਘ ਇਹਨਾਂ ਦਾ
ਉੱਥੇ ਬੜੀ ਸੇਵਾ ਸੀ ਦਾਸ ਸੀ ਪਰ ਉਹਨਾਂ ਨੇ ਮਹਾਂਪੁਰਸ਼ਾਂ ਦਾ ਸੇਵਾ ਦਾ ਭੇਜਿਆ ਪਹਿਲਾਂ ਤਾਂ ਧੰਨਵਾਦ ਕਰਦਾ ਜੁਗਾ ਹੱਸਦਾ ਉਹਨਾਂ ਬੇਨਤੀ ਕਰਦਾ ਗੁਰਮਨ ਵਾਸਤੇ ਸਾਡੇ ਸਰਦਾਰ ਬਚਨ ਸਿੰਘ ਜੀ ਪ੍ਰਧਾਨ ਸਰਦਾਰ ਪ੍ਰਤੀ ਪਹਿਲਾਂ ਜਿਹਨਾਂ ਨੇ ਸ਼ਹੀਦ ਪਾਤਸ਼ਾਹ ਦੇ ਸੇਵਾ ਕਰਦੇ ਰਹੇ ਗੁਰਮਨ ਵਾਸਤੇ ਆਪਣੇ ਨਾਲੇ ਹੋਣਗੇ ਅਤੇ ਮਾਤਾ ਨੂੰ ਸ਼ਰਧਾ ਪ੍ਰਗਟ ਕਰਨਗੇ ਸਰਦਾਰ ਬਚਨ ਸਿੰਘ ਜੀ ਖਾਲਸਾ ਉਹਨਾਂ ਨੂੰ ਗੁਰਮਨ ਵਾਸਤੇ ਬੇਨਤੀ ਕਰਦੇ ਹਨ ਗੁਰੂ ਮਹਾਰਾਜ ਜੀ ਸ਼ਬਦ ਗੁਰੂ ਮਹਾਰਾਜ ਜੀ ਪਾਵਨ ਪ੍ਰਗਟ ਕਰਨ ਸਾਥ ਸੰਗਿਓ ਕਰੋ ਰਸਨਾ ਮੇ ਪ੍ਰਣਾਮ ਕਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਆਪ ਜੀ ਨੇ ਆਪਣੇ ਆਤਮਾ ਦੇ ਕਲਿਆ ਦੇ ਨਾਮ ਦਾ ਸਤਿ ਸ੍ਰੀ ਅਕਾਲ ਮਹਾ ਮਾਤਾ ਸਾਨ ਮਾਤਾ ਕਰਿਆ ਕਾ ਆਪਾਂ ਨੂੰ ਮਿਸਰ ਮੈਨਸ ਕੀ ਵੀ ਛੋੜਾ ਦੇ ਸਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਉਹਨਾਂ ਨੇ ਸਤਿਨਾਮ ਸਾਰੇ ਪ੍ਰਭਾਵ ਨੇ ਆਪਣੇ ਦੇ ਸਾਰੇ ਬਾਹਰ ਕਰ ਦੇ ਆਤਮ ਦੇ ਸਮਾਨ ਕੋ ਪਾਏਗੇ ਕਰ ਜੋ ਮੈਂ ਕੀਰਤਨ ਪਠਾਣਾ ਕਰ ਕੇ ਜੋ ਵੀ ਲੈ ਕਰਦਾ ਆਪ ਜੀ ਨੇ ਬਰਾਤ ਦੇ ਕੀਰਤਨ ਸਾਧਨ ਦਿੱਤਾ ਜੇ ਆ ਜੀ ਦੀ ਕਰਦੇ ਆ ਤੁਮਾਈ ਕੰਨੇ ਆਪਣੀ ਮਨ ਦਾ ਸੰਦੇਹ ਜਾਏ ਜਾਣੇ ਨਾ ਪਾਈ ਸਾਰਿਆਂ ਨੇ ਕਰਦਾ ਹੈ
ਮਾਨ ਆਨੰਦ ਮਾਨੇ ਜੀ ਦੇ ਭਾਈ ਹੈ ਪੂਰਨ
ਦਸਾਂ ਨਾਮ ਦੇ ਪੁਰਾਣੇ ਵਿੱਚੋਂ ਦਸ ਨਾਮ ਸਰਵ ਕਰਨਾ ਇਹ ਵੀ ਉਹਨਾਂ ਦੇ ਸੁਭਾਅ ਦੇ ਸ਼ਾਮਿਲ ਸੀ ਔਰ ਉਹਨਾਂ ਦੇ ਹੋਣ ਨਾਲ ਮੇਰੀ ਸਿਰਫਤ ਸਰਦਾਰ ਗੁਰਦੁਆਰਾ ਸਿੰਘ ਅਤੇ ਸਰਦਾਰ ਜਾਰਾ ਸਿੰਘ ਇਹਨਾਂ ਨੂੰ ਮੈਂ ਬਹੁਤ ਵਧੀਆ ਸਮੇਂ ਪ੍ਰਦਾਨ ਕਰਦੀ ਹਾਂ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਜੋ ਨਿਮਰਤਾ ਸਹਿਣਸ਼ੀਲਤਾ ਇਮਾਨਦਾਰੀ ਜਾਣਕਾਰੀ ਇਸ ਭਗਤੀ ਜਿਹੜੀ ਹੈ ਉਹ ਕੁੱਟ ਕੁੱਟ ਕੇ ਮਿਲ ਰਹੀ ਹੈ ਔਰ ਅੱਜ ਇਸ ਪ੍ਰੋਗਰਾਮ ਕਰ ਇਹਨਾਂ ਨੂੰ ਮਹਾਂਪੁਰਖਾਂ ਨੂੰ ਜ਼ਰੂਰ ਸ਼ੁਕਰ ਕਰ ਸਕਦਾ ਹੈ ਔਰ ਮੈਂ ਆਦਿ ਭਾਵ ਕਰਦਾ ਇਹਨਾਂ ਨੇ ਆਪਣਾ ਸਰਕਾਰ ਦੇ ਮਾਤਾ ਪਿਤਾ ਨੂੰ ਬੁਲਾਇਆ ਸਾਰੀ ਮਾਤਾ ਗੁਰਦਾਸ ਕੌਰ ਜੀ ਸਾਡੇ ਨੂੰ ਬੁਲਾਈ ਹੈ ਉਹਨਾਂ ਦਾ ਆਦਰਸ਼ ਜੀਵਨ ਸਾਡੇ ਸਾਹਮਣੇ ਹੈ ਉਹਨਾਂ ਨੂੰ ਸੱਚੀ ਖੁਸ਼ੀ ਨੂੰ ਸ਼ਰਧਾਂਜਲੀ ਨਹੀਂ ਕਰਦੀ ਉਹਨਾਂ ਨੂੰ ਇੱਕ ਸੁਖੀ ਜੀਵਨ ਸਰਕਾਰ ਵਿੱਚੋਂ ਪਹਿਲਾਂ ਗੁਰਵਾਸਤਾ ਕਰਕੇ ਅਸੀਂ ਉਹਨਾਂ ਨਾਲ ਸੇਵਾ ਕਰਨ ਦੀ ਯਤਨ ਕਰੀਏ ਸਾਰਾ ਮਹਿਲਾ ਸਮਾਜ ਮੈਂ ਆਪਣਾ ਵੱਲੋਂ ਆਪਣੀ ਕਾਂਗਰਸ ਪਾਰਟੀ ਵੱਲੋਂ ਮੇਰੇ ਨਾਮ ਮਾਤਾ ਗੁਰਬਾ ਜੀ ਔਰ ਸਰਦਾਰ ਗੁਰਮੀਤ ਸਿੰਘ ਕਾਂਗਰਸ ਸਾਰੇ ਕਾਲ ਕਾਂਗਰਸ ਪ੍ਰਧਾਨ ਨੇ ਔਰ ਸਰਦਾਰ ਗੁਰਮੀਤ ਸਿੰਘ ਗੁਰੂ ਨਾਲ ਪ੍ਰਧਾਨ ਨੇ ਉਹਨਾਂ ਨੂੰ ਆਪਣੀ ਮਾਤਾ ਜੀ ਨੂੰ ਜਨਤਾ ਦੀ ਸਰਕਾਰ ਤੋਂ ਮਿਲਦਾ ਆਪਾਂ ਸਾਰਿਆਂ ਨੇ ਰਲ ਕੇ ਸੰਤੋਖ ਗੁਰੂ ਦੇ ਦਰਬਾਰ ਕੀਤੀ ਹੈ ਸਤਿ ਪਾਤਸ਼ਾਹ ਉਹਨਾਂ ਨੂੰ ਆਪਣੇ ਕਰਨਾ ਵੀ ਦੁਆ ਸਕਦੇ ਪੱਛੇ ਪ੍ਰਭਾਵ ਨੂੰ ਸਾਨੂੰ ਸਾਰਿਆਂ ਨੂੰ ਮਹਾਨ ਗੁਰੂ ਦਾ ਰਲ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
ਸਿਮਰਨ ਪਰਮਾਤਮਾ ਵਿੱਚ ਜਾਗ ਰੱਖਣ ਇਹੀ ਅਰਦਾਸ ਜ਼ਰੂਰੀ ਹੈ। ਇਸ ਮਾਤਾ ਨੂੰ ਪਰਮ ਸਾਧ ਸਥਾਨ ਦੇ ਪੁਰਾਵਾਂ ਵਾਲੇ ਚੱਕਰਾਂ ਵਿੱਚ ਜਾ ਕੇ ਇਹ ਮਾਤਾ ਦਾ ਸਾਚਾ ਪਾਤਸ਼ਾਹ ਸਰਬ ਅਰਦਾਸ ਕਰ ਰਹੇ ਮੈਂ ਗੁਰੂ ਗੁਰੂ ਜੀ ਔਰ ਆਪਣੇ ਆਪ ਇਸ ਪਾਰਟੀ ਦਾ ਜਨ ਸਰਕਾਰ ਨੂੰ ਗੁਲਾਮ ਕਰੋ ਅਤੇ ਨਾਲ ਸੈਂਟਰ ਵਾਲੇ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਗਤ ਕਰਾਂ ਜੀ ਗੁਰ ਸਾਹਿਬ ਪ੍ਰਵਾਨ ਜਿਹਨਾਂ ਦੇ ਪ੍ਰਭਾਵ ਦੇ ਨਾਲ ਸਾਰਾ ਕੀਤਾ ਪ੍ਰਵਾਨ ਪੰਜਾਬ ਜੀ ਵਾਲੇ ਜਿਹਨਾਂ ਦਾ ਪ੍ਰਭਾਵ ਬਹੁਤ ਧੰਨਵਾਦ ਹੈ। ਪਹਿਲਾਂ ਬੇਨਤੀ ਕਰਦਾ ਗੁਰਦੁਆਰਾ ਸਾਹਿਬ ਸਾਡੇ ਗੁਰੂ ਸਾਹਿਬ ਦੀ ਗੱਡੀ ਵਾਸਤੇ 500 ਰੁਪਏ,
ਦੀ ਮਾਤਾ ਵਾਸਤੇ 10,000 ਰੁਪਏ, ਪਤੀ ਜੈਨ ਸੇਵਾ ਗੁਰਦੁਆਰਾ ਵਾਸਤੇ 1,000 ਰੁਪਏ, ਗੁਰਦੁਆਰਾ ਸਾਹਿਬ ਪਤੀ ਪਹਿਲਾ ਵਾਸਤੇ 1,000 ਰੁਪਏ, ਸਰਬਾਲਾ ਪਤੀ ਬਾਦਲ ਵਾਸਤੇ 500 ਰੁਪਏ, ਗੁਰਦੁਆਰਾ ਰਾਮ ਭਗਤ ਪਤੀ ਬਾਦਲ ਵਾਸਤੇ 500 ਰੁਪਏ, ਬਾਬਾ ਦੀਪ ਦਿਆਲ ਜੀ ਜਗ੍ਹਾ ਵਾਸਤੇ 500 ਰੁਪਏ, ਬਾਬਾ ਹੀਰਾ ਸਿੰਘ ਜੀ ਜੋੜੀ ਮਾਈ ਜਗ੍ਹਾ ਵਾਸਤੇ 500 ਰੁਪਏ, ਬਾਬਾ ਹੀਰਾ ਸਿੰਘ ਜੀ ਬੀਟੀ ਸਾਹਿਬ ਵਾਸਤੇ 500 ਰੁਪਏ, ਸੰਸਾਰ ਘਾਟ ਪਤੀ ਬਾਦਲ ਵਾਸਤੇ 500 ਰੁਪਏ। ਸੋ ਅੰਤ ਵਿੱਚ ਆਓ ਸਾਰੇ ਇੱਕ ਵਾਰ ਫਿਰ ਆਪਣੇ ਲਈ ਅਰਦਾਸ ਕਰੀਏ, ਪਰਮਾਤਮਾ ਸਾਡੇ ਹੋਏ ਪਿੱਛੇ ਨੂੰ ਆਪਣੇ ਚਾਦਰ ਵਿੱਚ ਸਮਾਨ ਦੇਵੇ, ਪਿੱਛੇ ਪਰਿਵਾਰ ਨੂੰ ਭਾਰਾ ਨਾਮ ਦਾ ਬਹੁਤ ਰੱਖੇ। ਇੱਥੇ ਮੈਂ ਇੱਕ ਨਗਰ ਵਾਸੀਆਂ ਨੂੰ ਹੋਰ ਸੂਚਨਾ ਦੇਣੀ ਚਾਹੁੰਦਾ ਕਿ ਆਪਾਂ ਨੂੰ ਪਤਾ ਅਨੁਭਵ ਜਿਲ੍ਹਾ ਤੋਂ ਰਾਜਨੀਤੀ ਮੁਤਾਬਕ ਚੱਲ ਰਹੀ ਹੈ। ਸੋ ਕਿਸੇ ਵੀ ਮੇਰੇ ਵੀਰ ਭਰਾ ਦਾ ਜਾਂ ਪਾਸਪੋਰਟ ਆਉਣ ਵਾਲਾ ਹੋਵੇ ਜਾਂ ਤਿਰੰਗਾ ਪਾਉਣ ਵਾਲਾ ਹੋਵੇ, ਉਹਨਾਂ ਨੂੰ ਸੁਭਾਵਨਾ ਹੋਵੇ ਜੀ ਮੈਂ ਕਹਿੰਦਾ ਮੈਂ ਤਿਰੰਗਾ ਜਾਂ ਪਾਸਪੋਰਟ ਆਉਣਾ ਸੀਗਾ, ਉਹ ਮੁਲਾਜ਼ਮ ਪੱਕੀ ਮਾਤਾ ਦੇ ਗੁਰਦੁਆਰਾ ਸਾਹਿਬ ਵਿੱਚ ਖਰੀਦਿਆ ਕੁਛ ਪਾਸਪੋਰਟ ਲਈ ਕੁਛ ਤਿਰੰਗਾ ਲਈ, ਉਹ ਆਪਣਾ ਆਧਾਰ ਕਾਰਡ ਨਾਲ ਜਾ ਕੇ ਉਹਨਾਂ ਤੋਂ ਉਹਨਾਂ ਦਾ ਪਾਸਪੋਰਟ ਜਾਂ ਤਿਰੰਗਾ ਪ੍ਰਾਪਤ ਕਰ ਸਕਦੇ ਆ। ਰੱਬ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ।